आज के समय में जहां 50-55 साल की उम्र में हर कोई गंभीर बीमारियों से घिरने लग जाता है, आंखों की रोशनी कम हो जाती है, सुनाई कम देने लगता है, वहीं हम आपको एक ऐसी बुजुर्ग औरत से मिलवाते हैं जिनकी उम्र 112 साल की हो चुकी है और वह अभी भी बिल्कुल तंदुरुस्त है। जी हाँ, संगरूर के दिड़बा की रहने वाली बुजुर्ग औरत चंद्र कौर, जिनका जन्म 1910 में हुआ था और अब चंद्र कौर को 113वां साल लगा हुआ है। वहीं हैरानी की बात यह है कि चंद्र कौर की आंखों की रोशनी इतनी तेज है कि वह सुई में धागा तक खुद डाल लेते हैं। वहीं घर के सभी काम भी 112 वर्ष की उम्र में वे खुद ही बड़ी आसानी से करती हैं। वहीं अगर परिवार की बात की जाए तो उनके परिवार में उनके पड़पोते और पड़पोतियां सब हैं और उनका पूरा परिवार आज भी घर की हर बात चंद्र कौर से पूछकर ही करता है। संगरूर से हलचल के लिए जसवीर मान की रिपोर्ट। माता जी की नाम है? चंदपुर जी। माता जी अपनी हुण उम्र किन्नी हो चुकी है? अपनी एदे उत्ते कार्ड दे लिखी हुई है जी। ठीक है। 113 साल। ठीक है। ता हुण सारा कुछ कर लेने तुसी घर दे काम सारे आप? हाँ जी, मैं हत्था ना कर दी। ठीक है। की काम करते हुण घर दे? झाड़ू लाउणा, नहाउणा, पाठ करना, बीही संभरनी, भांडे मंजवाउणे, नाल रोटी लहाउणी, खेत बन्ने भेजनी रोटी, सारा करदी। किवें देखदे हो तुसीं अजकल छोटे छोटे बच्चे ते ऐनकां लग जांदे ने, थोड़ी तंदरुस्ती दा राज की आ? थोड़ियां अखां दी रोशनी भी ओवीं आ, सुणदा भी सुणावीं आ, की कहना चाहुंदे हो? हाईए नहीं, मैं जद तड़के वक्त ना आऊंगी बेटा, तेल रखूंगी, तेल कन्ना के नासां च बस, सरों दा तेल, होर किते नहीं लाउणा। कोई दवाई बूटी लैणा बेबे? ना, ਉਹ ਬੂਟੀ ਉਹ ਦਿਖਿਆ ਦੇ ਬੇਟਾ ਜਿਹੜੇ ਮੇਰੀ ਔਸਤੀ ਹੈ, ਡੱਬਾ ਚੱਕ ਲੈ। ਮਤਲਬ ਕਿਵੇਂ ਦੇਖਦੇ ਹੋ ਕੰਮ ਕਾਰ ਸਾਰਾ ਤੁਸੀਂ ਆਪ ਕਰਦੇ ਹੋ? 50-60 ਸਾਲ ਮੈਨੂੰ ਯਕੀਨ ਹੀ ਨਹੀਂ ਜਣੂ ਵੀ ਮੈਂ ਕਰਾਂ, ਕਿਆ ਹੱਥ ਦੁਖਦੇ ਨਹੀਂ, ਉਸ ਦੁੱਖ ਦਾ ਫਿਰ ਬੈਠ ਕੇ ਕੀ ਫਾਇਦਾ, ਜਾਂ ਬੈਠਾਂਗੇ ਅੰਗ ਖੜਨਗੇ। ਖੁਰਾਕ ਕੀ ਹੈ ਮਤਲਬ, ਖਾ ਤੁਹਾਡੇ ਰਾਜ ਕੀ ਹੈ, ਕਿਹੜੀ ਇਹੋ ਜਿਹੀ ਖੁਰਾਕ ਖਾਂਦੇ ਹੋ ਵੀ ਜਿਹਦੇ ਕਾਰਨ ਤੁਸੀਂ ਤੰਦਰੁਸਤ? ਕੁਛ ਨਹੀਂ ਖਾਂਦੀ ਬੇਟਾ, ਮੈਂ ਨਹੀਂ ਖਾਂਦੀ, ਲਿਆ ਕੇ ਬਥੇਰਾ ਦਿੰਦੇ ਨੇ, ਮੈਂ ਖਾਂਦੀ। ਟੋਕਾ ਅਸੀਂ ਨੇ ਟਕਾਇਆ, ਨੀਰਾ ਅਸੀਂ ਨੇ ਪਵਾਇਆ, ਜੀਰੀਆਂ ਅਸੀਂ ਨੇ ਲਵਾਈਆਂ, ਜੀਰੀਆਂ ਅਸੀਂ ਨੇ ਵੱਢੀਆਂ, ਅਸੀਂ ਸਾਰੇ ਕਰਦੇ। ਹੁਣ ਜਾਂ ਬੱਚੇ ਨਿਆਣੇ ਤੇ ਕਰਨੀ ਚਾਹੀਦਾ ਤੀ। ਸਮੇਂ ਨਾਲ ਪਿਆਰ ਦਾ ਕਿੰਨਾ ਕੁ ਫਰਕ ਪਿਆ ਉਦੋਂ ਦੇ ਲੋਕਾਂ ਦੇ ਵਿੱਚ ਤੇ ਹੁਣ ਦੇ ਲੋਕਾਂ 'ਚ, ਕਿੰਨਾ ਕੁ ਪਿਆਰ ਦਾ? ਹੁਣ ਪੈਸੇ ਦਾ ਗੁਮਾਨ ਹੈ, ਫਰਕ ਹੈ, ਪਹਿਲਾਂ ਫਰਕ ਨਹੀਂ ਸੀ। ਅੱਗੇ ਤਾਂ ਟੁੰਮਾ ਮੰਗ ਕੇ ਚਾੜ ਦਿੰਦੇ, ਵਿਆਹ ਹੋ ਜਾਂਦੇ, ਹੁਣ ਦੇ ਦੇ ਤੂੰ ਹੱਥ 'ਚ ਚੀਜ਼ ਫੜਾ ਦੇ ਜੇ ਤੈਨੂੰ ਕਦੇ ਮਿਲ ਜੇ। ਕਰਨਜੋਤ ਕੌਰ, ਕੀ ਲੱਗਦਾ ਤੁਹਾਡੇ? ਇਹ ਮੇਰੇ ਪੜਦਾਦੀ ਜੀ ਨੇ, ਇਹ ਮੇਰੇ ਪੜਦਾਦੀ। ਕਿਵੇਂ ਦੇਖਦੇ ਹਾਂ ਤੁਹਾਡੇ ਪੜਦਾਦੇ ਜੀ 113 ਸਾਲ ਦੇ ਹੋ ਗਏ ਪਰ ਤੁਹਾਡੇ ਤੋਂ ਜ਼ਿਆਦਾ ਕੰਮ ਕਰਦੇ ਨੇ, ਕੀ ਕਹਿਣਾ ਚਾਹੁੰਦੇ ਹੋ? ਇਹ ਇਹਨਾਂ ਦੀ ਖੁਰਾਕਾਂ ਨੇ, ਪੁਰਾਣੀਆਂ ਜਿਹੜੀਆਂ ਖੁਰਾਕਾਂ ਖਾਧੀਆਂ ਹੋਈਆਂ ਨੇ, ਦੇਸੀ ਗੋ ਉਸ ਟਾਈਮ ਖਾਂਦੇ ਸੀਗੇ, ਚਲੋ ਹੁਣ ਖੁਰਾਕ ਇਹਨਾਂ ਦੀ ਘੱਟ ਗਈ, ਉਮਰ ਦੇ ਹਿਸਾਬ ਨਾਲ ਘੱਟ ਜਾਂਦੀ ਹੈ ਬੰਦੇ ਦੀ, ਪਰ ਉਵੇਂ ਦੀ ਹੀ ਸਿਹਤ ਪਈ ਹੈ ਇਹਨਾਂ ਦੀ। ਹਜੇ ਇੱਕ ਟਾਈਮ 'ਤੇ ਮੈਂ ਥੱਕ ਜਾਂਦੀ ਹਾਂ ਕੰਮ ਕਰਦੇ, ਇਹ ਨਹੀਂ ਥੱਕਦੇ ਹੈਗੇ ਬਿਲਕੁਲ ਵੀ। ਅੱਜ ਕੱਲ੍ਹ ਆਪਾਂ 80-90 ਸਾਲ ਦੇ ਨੂੰ ਬੜਾ ਕਹਿ ਦਿੰਦੇ ਹਾਂ, ਮਾਤਾ ਦੀ ਉਮਰ 113 ਸਾਲ ਦੀ ਆ, ਸੂਈ 'ਚ ਧਾਗਾ ਪਾਉਂਦੀ ਆ, ਝਾੜੂ ਲਾਉਂਦੀ ਆ, ਭਾਂਡੇ ਮਾਂਜਦੀ ਆ, ਲੱਗਦਾ ਕਿ ਆਹ ਇੱਕ ਰਿਕਾਰਡ ਹੈ ਆਪਣੇ ਆਪ 'ਚ? ਬਹੁਤ ਵੱਡਾ ਰਿਕਾਰਡ ਹੈ ਜੀ ਇਹ, ਜਿਵੇਂ ਆਪਣੇ ਏਰੀਏ ਦੇ ਵਿੱਚ ਤਾਂ ਹੈਗਾ, ਚਲੋ ਗਿਨੀਜ਼ ਬੁੱਕ ਆਫ ਰਿਕਾਰਡ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਵੱਡੇ ਵੱਡੇ ਰਿਕਾਰਡ ਹੁੰਦੇ ਨੇ, ਪਰ ਸਾਡੇ ਲਈ ਤਾਂ ਇਹ ਵੱਡਾ ਰਿਕਾਰਡ ਹੈ ਕਿਉਂਕਿ ਸਾਡੇ ਪਿੰਡ ਦੇ ਵਿੱਚ ਹੀ ਬਹੁਤ ਵੱਡਾ ਰਿਕਾਰਡ ਹੈ, ਇੰਨੀ ਏਜ ਦੇ ਇਨਸਾਨ ਮੈਂ ਕਦੇ ਦੇਖੇ ਨਹੀਂ ਹੈਗੇ, ਕਿਉਂਕਿ ਚਲੋ ਅੱਗੇ ਸਾਡੀਆਂ ਹੋਰ ਵੀ ਪੀੜ੍ਹੀਆਂ ਨੇ, ਪਰਿਵਾਰ ਨੇ, ਉਹਨਾਂ ਦੇ ਵੀ ਬੱਚੇ ਹੈਗੇ ਨੇ, ਮੇਰੇ ਵੀ ਕਜ਼ਨਸ ਦੇ ਗਾਹਾਂ ਹੋ ਗਏ, ਬਟ ਇਹ ਸਾਡੇ ਲਈ ਬਹੁਤ ਵੱਡੀ ਗੱਲ ਹੈ ਵੀ ਹਰੇਕ ਇਹਨਾਂ ਦੀ ਸਲਾਹ ਮੰਨਦੇ ਨੇ। ਅੱਜ ਕੱਲ੍ਹ ਦੀ ਜਨਰੇਸ਼ਨ ਬੁੜਿਆਂ ਤੋਂ ਬਜ਼ੁਰਗਾਂ ਤੋਂ ਤੰਗ ਆ ਜਾਂਦੀ ਹੈ, ਕਹਿੰਦੇ ਬੜੇ ਦਿਮਾਗ ਬਹੁਤ ਖਾਂਦੇ ਨੇ, ਤੰਗ ਕਰਦੇ ਨੇ। ਦਾਦੀ ਕਿੰਨਾ ਕੁ ਤੰਗ ਕਰਦੇ ਪੜਦਾਦੀ? ਨਹੀਂ, ਤੰਗ ਤਾਂ ਨਹੀਂ ਕਰਦੇ, ਚਲੋ ਇੱਕ ਹੁੰਦੀ ਹੈ ਉਮਰ ਦੇ ਹਿਸਾਬ ਨਾਲ, ਬੱਚਿਆਂ ਵਰਗੇ ਹੋ ਜਾਂਦੇ ਨੇ, ਆਪਾਂ ਜਨਰੇਸ਼ਨ ਦੇ ਫਰਕ ਕਹਿ ਦਿੰਦੇ ਹਾਂ ਵੀ ਜਿਵੇਂ ਮੇਰਾ ਗੈਪ ਅਤੇ ਇਹਨਾਂ ਦਾ ਗੈਪ ਹੈਗਾ, ਟੈਕਨੋਲੋਜੀ ਦੇ ਹਿਸਾਬ ਨਾਲ ਫਰਕ ਪੈ ਚੁੱਕਿਆ, ਪਰ ਇਹ ਤੰਗ ਨਹੀਂ ਕਰਦੇ ਹੈਗੇ, ਇਹ ਉਨਾ ਹੀ ਕਹਿਣਗੇ ਜੋ ਕਹਿਣਾ ਉਹ ਅਸੀਂ ਮੰਨਣਾ, ਜਿਵੇਂ ਮਰਜ਼ੀ ਨੇ ਵੀ ਠੀਕ ਸਹੀ ਹੈ ਗਲਤ, ਤਾਂ ਸਾਨੂੰ ਗੁੱਸਾ ਲੱਗੇ ਇਹਨਾਂ ਦੀ ਗੱਲ ਦਾ ਕਈ ਵਾਰ ਹੁੰਦਾ ਮਨ ਦੇ ਵਿੱਚ, ਪਰ ਅਸੀਂ ਕਹਿੰਦੇ ਨਹੀਂ ਹੈਗੇ, ਉਵੇਂ ਰੱਖ ਦਿਆਂਗੇ। ਪਰਿਵਾਰ 'ਚ ਫੈਸਲੇ ਕਿਹਦੇ ਚੱਲਦੇ ਨੇ? ਦਾਦੀ ਜੀ ਦੇ। ਕੀ ਕਹਿੰਦੇ ਨੇ? ਕਹਿਣਗੇ ਵੀ ਜਿਵੇਂ ਜੇ ਅਸੀਂ ਪੜ੍ਹਾਈ ਦਾ ਵੀ ਕਹਿਣਾ, ਜਿਵੇਂ ਮੈਂ ਇੱਥੇ ਪੜ੍ਹਾਈ ਕਰਨੀ ਹੈ, ਕਹਿਣਗੇ ਨਹੀਂ ਪਿੰਡ ਦੇ ਵਿੱਚ ਕਰ ਲਓ ਪੜ੍ਹਾਈ, ਬਾਹਰ ਜਾ ਕੇ ਕੀ ਜ਼ਿਆਦਾ ਹੋ ਜੂਗੀ ਪੜ੍ਹਾਈ, ਇੱਥੇ ਕਰੋ ਬਸ,
ਇਹਨਾਂ ਨੇ ਐਵੇਂ ਕਹਿਣਾ ਜੋ ਚੱਲਦਾ ਚੀਜ਼ ਜਾਂ ਪਾਪਾ ਨੇ ਵੀ ਫੈਸਲਾ ਲੈਣਾ ਕੋਈ ਤਾਂ ਪਾਪਾ ਇਹਨਾਂ ਤੋਂ ਪੁੱਛ ਕੇ ਲੈਣਗੇ ਕਿਸੇ ਵੀ ਤਰ੍ਹਾਂ ਦਾ। ਦਾਦੀ ਆਪ ਨੇ ਪੜ੍ਹੀ ਹੋਈ ਪਰ ਤੁਹਾਡੀ ਪੜ੍ਹਾਈ 'ਚ ਨੁਕਸ ਕਰਦੀ ਆ, ਉਹ ਕੀ ਕਹਿੰਦੇ ਆ? ਉਹ ਇਹ ਕਹਿੰਦੇ ਨੇ ਵੀ ਮੈਂ ਨਹੀਂ ਪੜ੍ਹੀ ਹੈਗੀ ਜਾਂ ਪਾਪਾ ਉਹਨਾਂ ਨੇ ਵੀ ਚਲੋ ਕੰਮ ਦੇ ਹਿਸਾਬ ਨਾਲ ਜਿੰਨੀ ਕੁ ਐਜੂਕੇਸ਼ਨ ਲਈ ਵੀ ਤੁਸੀਂ ਲਓ, ਕਿਉਂਕਿ ਬੱਚਾ ਹਰੇਕ ਕੋਈ ਚਾਹੁੰਦਾ ਵੀ ਬੱਚਿਆਂ ਨੂੰ ਚਾਹੁੰਦੇ ਨੇ ਵੀ ਅੱਗੇ ਤੋਂ ਅੱਗੇ ਪੜ੍ਹਾਈ ਜਾਈਏ ਅਸੀਂ, ਵੀ ਦੇਖੀਏ ਵੀ ਕਿੰਨਾ ਕੁ ਇੱਕ ਨਵੀਂ ਫੀਲਡ ਆਉਂਦੀ ਹੈ, ਵੀ ਨਵੀਂ ਟੈਕਨੋਲੋਜੀ ਦੇ ਹਿਸਾਬ ਨਾਲ ਇਹ ਪਿੱਛੇ ਨਾ ਰਹਿ ਜਾਣ, ਵੀ ਹਮੇਸ਼ਾ ਪੜ੍ਹਾਉਂਦੇ ਨੇ ਸਾਨੂੰ। ਕ੍ਰੋਸ ਵਾਲੀ ਗੱਲ ਸੁਣਾਈ ਸੀ, ਸੁਣਾਓ। ਕ੍ਰੋਸ ਜਿਵੇਂ ਮੰਮਾ ਕਈ ਵਾਰ ਕੰਮ 'ਚ ਬਿਜ਼ੀ ਹੁੰਦੇ ਨੇ ਤਾਂ ਅਸੀਂ ਸਕੂਲ 'ਚੋਂ ਆਉਂਦੇ ਟੈਸਟ ਦੇਖਣ ਲੱਗ ਜਾਂਦੇ ਸੀਗੇ ਸਾਡੇ, ਵੀ ਅੱਜ ਟੈਸਟ ਹੋਏ, ਕਿਉਂਕਿ ਮੰਮਾ ਬੋਲ ਦਿੰਦੇ ਵੀ ਅੱਜ ਇਹਨਾਂ ਦਾ ਟੈਸਟ ਸੀਗਾ, ਕਾਪੀ ਕੱਢਣੀ ਅਤੇ ਦੇਖਣਾ ਵੀ ਗਲਤ ਹੈ, ਜੇ ਜ਼ਿਆਦਾ ਗਲਤ ਦਿਖਦੇ ਤਾਂ ਉਹਨਾਂ ਨੂੰ ਕ੍ਰੋਸ ਲੱਗੇ ਹੋਏ ਆ, ਸਰਕਲ ਲੱਗੇ ਹੋਏ, ਤਾਂ ਇਹਨਾਂ ਨੇ ਕੁੱਟਣ ਤੱਕ ਚਲੇ ਜਾਂਦੇ ਸੀ, ਪਰ ਮਾਰਦੇ ਨਹੀਂ ਸੀਗੇ, ਪਰ ਇਹਨਾਂ ਦੀ ਅੱਖਾਂ ਦਾ ਹੀ ਰੋਹਬ ਇਹੋ ਜਿਹਾ ਹੁੰਦਾ ਸੀ, ਅਸੀਂ ਡਰ ਜਾਂਦੇ ਸੀਗੇ। ਅਨਪੜ੍ਹ ਹੋ ਕੇ ਵੀ ਪੜਦਾਦੇ ਥੋੜੀਆਂ ਕਾਪੀਆਂ ਆਪ ਚੈੱਕ ਕਰਦੇ ਸੀ। ਹਾਂਜੀ, ਹੁਣ ਤੱਕ ਕਰਦੇ ਆ ਰਹੇ ਨੇ, ਹੁਣ ਵੀ ਮੈਨੂੰ ਈਵਨ ਪੜ੍ਹਨ ਨੂੰ ਕਹਿੰਦੇ ਨੇ ਆਪਣੇ। ਹਰਜੀਤ ਸਿੰਘ ਜੀ, ਹਰਜੀਤ ਜੀ ਕਿਵੇਂ ਦੇਖਦੇ ਹੋ ਤੁਹਾਡੇ ਘਰ ਦੇ ਵਿੱਚ ਤੁਹਾਡੇ ਬਜ਼ੁਰਗ ਸਤੰਭ ਬੈਠੇ ਨੇ, ਉਮਰ 113 ਸਾਲ ਆ, ਕਿੰਨਾ ਕੁ ਮਾਣ ਮਹਿਸੂਸ ਹੁੰਦਾ? ਬਹੁਤ ਵੱਡਾ ਮਾਣ ਹੈ ਜੀ, ਜਦੋਂ ਆ ਕੇ ਸਾਰੇ ਪੁੱਛਦੇ ਨੇ ਜਾਂ ਗੱਲ ਕਰਦੇ ਨੇ ਜੀ ਤਾਂ ਮਾਣ ਮਹਿਸੂਸ ਹੁੰਦਾ, ਜਦੋਂ ਹੁਣ ਬਾਜ਼ਾਰ ਜਾਈਦਾ ਜਾਂ ਪੁਰਾਣੇ ਬਜ਼ੁਰਗ ਮਿਲ ਜਾਂਦੇ ਨੇ ਉਹ ਵੀ ਪੁੱਛਦੇ ਨੇ, ਜਾਂ ਕਈਆਂ ਕੋਈ ਜਾਣਦੇ ਨੇ ਕਿ ਉਹ ਮੇਰੇ ਦਾਦਾ ਜੀ ਦੇ ਨਾਂ ਤੋਂ ਜਾਣਦੇ ਨੇ, ਫਿਰ ਉਹ ਪੁੱਛਦੇ ਨੇ ਵੀ ਮਾਤਾ ਜੀ ਕਿਵੇਂ ਨੇ, ਮਾਤਾ ਜੀ ਠੀਕ ਨੇ, ਤਾਂ ਐਂ ਲੱਗਦਾ ਵੀ ਸਾਡੇ ਮਾਤਾ ਜੀ ਦਾ ਜਾਂ ਸਾਡੇ ਦਾਦਾ ਜੀ ਦਾ ਕੁਛ ਖੱਟਿਆ ਹੋਇਆ, ਵੀ ਜੋ ਸਾਨੂੰ ਬਾਜ਼ਾਰ ਦੇ ਵਿੱਚ ਪੁਰਾਣੇ ਲਾਲੇ ਹੋਏ ਜਾਂ ਆਲੇ ਦੁਆਲੇ ਦੇ ਪਿੰਡਾਂ ਦੇ ਵੀ ਕਈ ਪਿੰਡਾਂ ਦੇ ਬਜ਼ੁਰਗ ਮਿਲ ਜਾਂਦੇ ਨੇ, ਉਹ ਵੀ ਸਾਡੇ ਦਾਦਾ ਜੀ ਦੇ ਜਾਂ ਦਾਦੀ ਜੀ ਦੇ ਨਾਂ ਤੋਂ ਜਾਣਦੇ ਨੇ, ਇਸ ਤਰ੍ਹਾਂ ਕਰਕੇ ਸਾਨੂੰ ਮਾਣ ਤਾਂ ਮਹਿਸੂਸ ਹੁੰਦਾ ਹੀ ਹੈ ਵੀ ਬਹੁਤ ਵੱਡੀ ਗੱਲ ਹੈ ਵੀ ਸਾਡਾ ਇੱਕ ਬਜ਼ੁਰਗਾਂ ਨੇ ਵੀ ਸਾਡੇ ਵਾਸਤੇ ਕੁਛ ਛੱਡੀ ਹੈ। ਅੱਜ ਕੱਲ੍ਹ 50-55 ਸਾਲ ਦੀ ਉਮਰ 'ਚ ਬੁੜੇ ਹੋ ਜਾਂਦੇ ਆ, ਆਪਾਂ ਨੂੰ ਲੱਗਦਾ ਕਿ ਹਾਂ ਉਮਰ ਹੋ ਗਈ, ਦਾਦੀ 113 ਸਾਲ ਦੀ, ਇੱਕ ਸਦੀ ਤੋਂ ਜ਼ਿਆਦਾ ਸਮਾਂ ਦੇਖ ਲਿਆ, ਰਾਜ ਕੀ ਲੱਗਦਾ ਇਹ ਜਿਹੀਆਂ ਕਿਹੜੀਆਂ ਖੁਰਾਕਾਂ ਖਾਧੀਆਂ ਨੇ ਵੀ ਅੱਖਾਂ ਦੇ ਐਨਕ ਤੱਕ ਨਹੀਂ ਲੱਗੀ? ਇਹ ਖੁਰਾਕਾਂ ਦਾ ਜੀ ਦੇਖੋ, ਹੁਣ ਪੁਰਾਣਿਆਂ ਦੇ ਤਾਂ ਜੀ ਹੁਣ ਤਾਂ ਹਰੇਕ ਚੀਜ਼ ਦੇ ਵਿੱਚ ਕੈਮੀਕਲ ਆ ਗਏ ਵਗੈਰਾ ਆ ਗਏ, ਪਹਿਲਾਂ ਤਾਂ ਇਹਨਾਂ ਦਾ ਘਰ ਦਾ ਹੀ ਹੁੰਦਾ ਸੀਗਾ ਜੀ, ਇਹ ਤਾਂ ਹੁਣ ਵੀ ਚਲੋ ਆ ਥੋੜ੍ਹੀ ਜਿਹੀ ਜਨਰੇਸ਼ਨ ਦੇ ਮਾਹੌਲ ਦੇ ਹਿਸਾਬ ਨਾਲ ਅਸੀਂ ਵਰਤ ਗਏ, ਤਾਂ ਇਹ ਸਾਰਾ ਕੁਛ ਸਾਨੂੰ ਵੀ ਘਰੇ ਕਹਿੰਦੇ ਹੁੰਦੇ ਸੀਗੇ ਵੀ ਆਪਣੇ ਹਰੇਕ ਚੀਜ਼ ਦੁੱਧ ਤੋਂ ਬਣਦੀ ਹੈ, ਘਿਓ ਤੋਂ ਬਣਦੀ, ਤੁਸੀਂ ਆਪਣੇ ਘਰੇ ਬਣਾਓ, ਪੰਜੀਰੀ ਜਿਵੇਂ ਹੁਣ ਮਾਰਚ ਆ ਗਿਆ ਤਾਂ ਕਹਿ ਦੇਣਾ ਵੀ ਹੁਣ ਤੁਸੀਂ ਪੰਜੀਰੀ ਰਲਾ ਲਓ, ਸਰਦੀ ਚੜ੍ਹ ਗਈ ਤਾਂ ਪੰਜੀਰੀ ਰਲਾ ਲਓ, ਖੋਆ ਕੱਢ ਲਓ, ਇਹ ਜੇ ਖੇਤ ਨੂੰ ਕਈ ਵਾਰ ਟਰੈਕਟਰ ਲੈ ਕੇ ਜਾਣਾ ਤਾਂ ਕਹਿੰਦੇ 2-2 ਪਿੰਨੀਆਂ ਜੇਬ 'ਚ ਪਾ ਕੇ ਲੈ ਜਾਓ, ਜਿਵੇਂ ਆਪ ਕਰਦੇ ਹੁੰਦੇ ਸੀਗੇ ਵੀ ਉਹ 2-2 ਪਿੰਨੀਆਂ ਜੇਬ ਤਾਂ ਕਦੇ ਇਹਨਾਂ ਨੇ ਘਰ ਦੇ ਵਿੱਚ ਗੁੜ ਨਹੀਂ ਮੁੱਕਣ ਦਿੱਤਾ ਸਾਡੇ, ਘਰ ਦੇ ਕੰਮ ਸਾਰੇ ਆਪ ਕਰਦੇ ਨੇ? ਹਾਂ, ਸਾਰੇ ਘਰ ਦੇ ਕੰਮ, ਇਹਨਾਂ ਦਾ ਪਸੰਦ ਹੀ ਨਹੀਂ ਆਉਂਦਾ ਸਾਡਾ ਕਿਸੇ ਦਾ ਕਰਿਆ ਹੋਇਆ ਕੰਮ, ਜੇ ਅਸੀਂ ਮੱਝਾਂ ਪਿੱਛੇ ਨਵਾ ਕੇ ਵੀ ਆ ਜਾਂਦੇ, ਸਾਰਾ ਕੁਛ ਕਰਕੇ ਆ ਜਾਂਦੇ, ਫਿਰ ਵੀ ਇਹਨਾਂ ਨੇ ਇੱਕ ਵਾਰੀ ਜਾ ਕੇ ਦੇਖਣਾ, ਫਿਰ ਵੀ ਕਹਿਣਾ ਵੀ ਅੱਜ ਮੈਨੂੰ ਠੀਕ ਨਹੀਂ ਲੱਗਿਆ ਤੁਹਾਡਾ ਕੰਮ ਕਰਿਆ ਹੋਇਆ, ਇਸ ਤਰ੍ਹਾਂ ਇਹ ਸਾਰਾ ਕੁਛ ਆਪ ਹੀ ਆਪਦੇ ਉਸਤੇ ਕਰਦੇ ਨੇ। ਦੇਸ਼ ਭਰ ਮੇ ਹੋਲੀ ਕਾ ਤਿਉਹਾਰ ਬੜੀ ਹੀ ਧੂਮਧਾਮ ਸੇ ਮਨਾਇਆ ਜਾਤਾ ਹੈ, ਭਾਈਚਾਰੇ ਕਾ ਪ੍ਰਤੀਕ ਰੰਗੋ ਕਾ ਤਿਉਹਾਰ ਅੰਮ੍ਰਿਤਸਰ ਮੇ ਪ੍ਰਵਾਸੀ ਲੋਗੋ ਦੁਆਰਾ ਬੜੀ ਹੀ ਧੂਮਧਾਮ ਸੇ ਮਨਾਇਆ ਗਿਆ, ਇਸ ਮੌਕੇ ਪਰ ਕਈ ਪੰਜਾਬੀ ਨੌਜਵਾਨੋਂ ਨੇ ਸ਼ਿਰਕਤ ਕੀ ਔਰ ਪ੍ਰਵਾਸੀ ਮਜ਼ਦੂਰੋ ਕੇ ਸਾਥ ਹੋਲੀ ਮਨਾਈ ਏਵਮ ਸਭੀ ਕੋ ਮਿਲਜੁਲ ਕਰ ਰਹਿਣੇ ਕਾ ਸੰਦੇਸ਼ ਵੀ ਦਿਆ, ਵਹੀਂ ਉਹਨਾਂ ਨੇ ਹੋਲੀ ਕੋ ਸਾਫ ਸਫਾਈ ਸੇਮ ਖੇਲਨੇ ਕਾ ਸੰਦੇਸ਼ ਦਿਆ ਤਾਂ ਕਿ ਕਿਸੀ ਕਾ ਕੋਈ ਨੁਕਸਾਨ ਨਾ ਹੋ ਔਰ ਸਭ ਮਿਲਜੁਲ ਕਰ ਖੁਸ਼ੀ ਸੇ ਰਹੇ। ਅੰਮ੍ਰਿਤਸਰ ਸੇ ਹਲਚਲ ਕੇ ਲਈ ਸੁਨੀਲ ਖੋਸਲਾ ਕੀ ਰਿਪੋਰਟ। ਬਹੁਤ ਖੁਸ਼ੀ ਆ ਜੀ, ਅਸੀਂ ਸਾਰੇ ਭਰਾ ਹੈਗੇ ਹਾਂ ਜੀ, ਸਾਰੇ ਖੇਡਦੇ ਹਾਂ ਆਪਸ 'ਚ, ਬਹੁਤ ਵਧੀਆ ਭਾਈਚਾਰਾ ਵਾ ਜੀ, ਹੋਲੀ ਦਾ ਤਿਉਹਾਰ ਇੱਕ ਭਾਈਚਾਰੇ ਦੀ ਮਿਸਾਲ ਦਿੱਤੀ ਜਾਂਦੀ ਇੱਕ ਵਧੀਆ। ਸਭਸੇ ਪਹਿਲੇ ਤੋਂ ਮੈਂ ਸ਼ਹਿਰ ਵਾਸੀਓ ਕੋ ਹੋਲੀ ਕੀ ਮੁਬਾਰਕਬਾਦ ਦੇਣਾ ਚਾਹਤਾ ਹੂੰ, ਔਰ ਹਮਾਰਾ ਇੱਕ ਐਨ ਜੀ ਓ ਹੈ ਉੱਤਰ ਪ੍ਰਦੇਸ਼ ਕਲਿਆਣ ਪਰਿਸ਼ਦ, ਹਮ ਲੋਕ ਹਰ ਸਾਲ ਯਹਾਂ ਪੇ ਪਾਰਕ ਮੇ ਨਾ ਹੋਲੀ ਕਾ ਪ੍ਰੋਗਰਾਮ ਬਣਾਤੇ ਹੈ, ਔਰ ਇਸ ਸਾਲ ਵੀ ਬੜੇ ਧੂਮਧਾਮ ਸੇ ਮਨਾ ਰਹੇ ਹੈ, ਔਰ ਹਰ ਸਾਲ ਮਨਾਤੇ ਹੈ ਹਮ ਲੋਕ, ਔਰ ਮੈਂ ਸ਼ਹਿਰ ਵਾਸੀਓ ਸੇ ਬੇਨਤੀ ਕਰਨਾ ਚਾਹਤਾ ਹੂੰ ਕਿ ਹੋਲੀ ਮਨਾਏ, ਸਾਫ਼ ਸਫਾਈ ਰੱਖੇ ਔਰ ਸਾਫ਼ ਸੁਥਰਾ ਸੇ ਹੋਲੀ ਮਨਾਏ, ਔਰ ਸਾਰੇ ਗੀਲੇ ਸੁਕਵੇ ਦੂਰ ਕਰਕੇ ਔਰ ਇਸੀ ਤਰ੍ਹਾਂ ਹੋਲੀ ਕਾ ਮਤਲਬ ਪ੍ਰੋਗਰਾਮ ਕੀਆ ਜਾਏ, ਖੁਸ਼ ਮੈਂ ਆਪ ਮੈਂ ਪ੍ਰਵਾਸੀ ਹੀ ਮਨਾਤੇ ਹੈ ਹੋਲੀ, ਆਜ ਆਪ ਪੰਜਾਬ ਮੇ ਮਨਾ ਰਹੇ ਹੋ ਤੋ ਪੰਜਾਬੀ ਵੀ ਆਪਕਾ ਪੂਰਾ ਪੂਰਾ ਸਾਥ ਦੇ ਰਹੇ? ਹਾਂਜੀ, ਹਮਾਰੇ ਸਾਥ ਹੀ ਹੈ, ਹਮਾਰੇ ਜਿਤਨੇ ਵੀ ਪਾਰਕ ਹਮ ਲੋਕ ਯਹਾਂ ਪੇ ਰੋਜ਼ ਸਵੇਰੇ ਖੇਲਤੇ ਹੈ ਤੋ ਪਾਰਕ ਗਰੁੱਪ ਹਮਾਰੇ ਯਹਾਂ ਕੇ ਵੀ ਹੈ, ਲੋਕ ਜੋ ਹੈ ਹਮਾਰੇ ਸਾਥ ਜੁੜੇ ਹੋਏ ਹੈ, ਉਹ ਵੀ ਹਮਾਰੇ ਸਾਥ ਹੋਲੀ ਮਨਾ ਰਹੇ ਹੈ, ਔਰ ਹਮ ਲੋਕ ਹਰ ਸਾਲ ਯਹਾਂ ਪੇ ਮਨਾਤੇ ਹੈ ਹੋਲੀ। ਸ਼ਾਮ ਕੋ ਹੋਲੀ ਦਹਨ ਕਰੋਗੇ? ਨਹੀਂ, ਉਹ ਹੋਲੀ ਦਹਨ ਹੋ ਗਿਆ, ਉਹ ਕੱਲ੍ਹ ਹੀ ਹੋ ਗਿਆ ਤਾਂ ਸਰ, ਅੱਜ ਹੋਲੀ ਕਾ ਪ੍ਰੋਗਰਾਮ ਹੈ ਆਪਣਾ। ਅੱਜ ਤੋਂ ਸਭਸੇ ਪਹਿਲੇ ਮੈਂ ਸ਼ਹਿਰ ਵਾਸੀ ਦੇਸ਼ ਵਾਸੀਆਂ ਨੂੰ ਹੋਲੀ ਕੀ ਹਾਰਦਿਕ ਸ਼ੁਭਕਾਮਨਾਏ ਦੇਤਾ ਹੂੰ, ਔਰ ਉੱਤਰ ਪ੍ਰਦੇਸ਼ ਕਲਿਆਣ ਪਰਿਸ਼ਦ ਕੀ ਤਰਫ ਸੇ ਸਭੀ ਦੇਸ਼ ਵਾਸੀਓ ਕੋ ਹੋਲੀ ਕੀ ਹਾਰਦਿਕ ਸ਼ੁਭਕਾਮਨਾਏ।
हम लोग 4-5 साल से इसी पार्क में होली का समागम होता है, बहुत ही धूमधाम से मनाते हैं। हमारी फुटबॉल की टीम भी आई हुई है, हम लोग सुबह यहीं पर खेलते हैं। और यहाँ के जो टीम के मैनेजमेंट है, और मुकेश गुप्ता जी, श्यामलाल गुप्ता जी, सिमरत लाल जी, राम मिलन जी, इन सभी का मैनेजमेंट यहाँ पे किया गया। हर साल हर्षोल्लास के साथ मनाते हैं, और शहरवासियों से अपील भी करते हैं कि होली जो है एक पावन पवित्र त्यौहार है, भाईचारे का त्यौहार है। इसको सभी धर्म जो है मिलजुल कर मिलाते हैं। किसी प्रकार का कोई अगर किसी के प्रति कोई देश भावना मैल है तो उसको आज इस होली में दहन करके रंगों के साथ उड़ा दें और भाईचारे के साथ मिल करके होली मनाएं। घरों में भी जाकर खुशियां मनाई जाती हैं। हाँ जी, हाँ जी, घर में हम लोग यहाँ से अब आधे घंटे के बाद उठेंगे तो सभी लोग अपने अपने घरों पर बुलाते हैं। जो हमारे जानने वाले हैं, कोई रिश्तेदार है, कोई भाई है, कोई दोस्त है, वो बड़े खुशी से खुशी हमें वहाँ पर बुला करके हमारा मान सम्मान करते हैं, और हम उनके लिए एक प्यार भरी गीत गाते हैं। अपना जो कहते हैं होली में जो कुछ देवर और भाभियों की छुटोली होती है, उसी के साथ हम लोग एंजॉय भी करते हैं। सचखंड श्री हरिमंदर साहिब श्री अकाल तख्त साहिब से ऐतिहासिक सुरमई रंग के निशान साहिब की अगुवाई में श्रोमणी गुरुद्वारा प्रबंधक कमेटी के सहयोग से होला मोहल्ला को लेकर नगर कीर्तन निकाला गया। वर्णनीय है कि सुरमई रंग के दो निशान साहिब जी दशम गुरु जी ने बाबा राम सिंह को भेंट किए थे, जो कि दशम गुरु जी की चोहल साहिब की सेवा किया करते थे। आज भी बाबा राम सिंह जी का दसवां वंश इस निशान साहिब की सेवा निभा रहा है, और हर साल की तरह इस साल भी होला मोहल्ला नगर कीर्तन निकाला गया। इस नगर कीर्तन में गतका पार्टी, मिलिट्री बैंड, धार्मिक सभाएं और विभिन्न सिख जत्थेबंदियों ने भाग लिया। यह नगर कीर्तन शहर के अलग अलग बाजारों से गुजरता हुआ सचखंड श्री हरिमंदर साहिब में संपन्न हुआ। अमृतसर से हलचल के लिए सुनील खोसला की रिपोर्ट। वाहेगुरु जी का खालसा, वाहेगुरु जी की फतेह। धन धन श्री गुरु गोबिंद सिंह जी महाराज वालों चलाई हुई मर्यादा, जिथे उन्होंने सिखा नू होली की जगह पर होला मनाउण दा आदेश दिता सी, उसे परंपरा मुताबक सिखा दी साजी नवाजी संस्था श्री गुरु सिंह सभा रजिस्टर्ड श्री अमृतसर साहब, जो कि 1 जुलाई 1873 दे विच स्थापित हुई सी, श्री श्रोमणी गुरद्वारा प्रबंधक कमेटी ते मैनेजर श्री दरबार साहब के सहयोग के नाल अज श्री अकाल तख्त साहब तो होला महला जो है सजाया जा रहा है। ये होला महला सिंह सभा की पुरातन परंपरा मुताबक इतिहासक सुरमई निशान, वो निशान जो गुरु गोबिंद सिंह जी महाराज ने बख्शे सन, तो जदों भाई मनी सिंह जी अमृतसर साहब विखे मर्यादा स्थापित करने लिए आए तो ये निशान साहब उन्होंने दे के भेजा गया सी। इन्हां निशान साहबां की अगवाई हेठ पांच प्यारियां की रहनुमाई हेठ महला आरंभ होएगा, जो कि श्री गुरु रामदास जी निवास, बाबा साहब चौंक, बाबा करोड़ी, रामसर रोड, बाबा दीप सिंह कलोनी, चाटीविंड गेट, गुरद्वारा बाबा दीप सिंह जी शहीद, सुल्तानविंड गेट तो हुंदा होया बुरज अकाली बाबा फूला सिंह जी विखे पहुँचेगा। उत्थे हाजरियां भर के ये महला शेरां वाला गेट, धर्म सिंह मार्केट, दफ्तर श्री गुरु सिंह सभा, जिलियां वाला बाग, घंटा घर थानी हुंदा होया वापस श्री अकाल तख्त साहब जी विखे पहुँच के संपूर्ण होएगा। दास हरमनजीत सिंह जनरल सकत्तर श्री गुरु सिंह सभा समूह संगतां नूं होले महल्ले दीआं वधाईआं दिंदा है, और समुची सिंह सभा वल्लों बेनती करदे हाँ कि आओ खंडे बाटे दी पौल छक के गुरु वाले बनीए ते गुरु दीआं खुशियां प्राप्त करिए। देखो होली महली होली जदों जिहड़ी है सच्चाई ते जित दा प्रतीक सी, और जदों ये एक बहुत ही गंदा रंग लै गया उत्तर एक दूजे उत्ते रंग सुटना, किचड़ सुटना, तो उत्थे गुरु साहब ने कहा कि खालसा जिहड़ा है होला मनाएगा। होले दे विच शस्त्र विद्या जिहड़ी है वो गतके खेडे जांदे ने, सिंह जिहड़े ने वो शस्त्र दे जोर दिखाउंदे ने। सिखां दे विच रंग सुट के होली नहीं मनाई जाती, गुरु दे जस गा के होला मनाया जाता है, और उस मर्यादा मुताबक असीं होला महला मना रहे हैं जी। वाहे खालसा, वाहेगुरु जी की फतेह। वाहेगुरु जी का खालसा, वाहेगुरु जी की फतेह। होली किन्नी संसे रंग लगा अत लाल देव,
ਸਭ ਸਮੂਹ ਸੰਗਤਾਂ ਨੂੰ ਹੋਲੇ ਮਹੱਲੇ ਦੇ ਦਿਵਸ ਦੀ ਲੱਖ ਲੱਖ ਵਧਾਈ ਹੋਵੇ। ਅੰਮ੍ਰਿਤਸਰ ਦੇ ਵਿੱਚ ਇਹ ਨਗਰ ਕੀਰਤਨ ਮਹਾਰਾਜਾ ਰਣਜੀਤ ਸਿੰਘ ਸਮੇਂ ਤੋਂ ਹੀ ਨਿਕਲਦਾ ਆ ਰਿਹਾ ਹੈ। ਇਹ ਨਗਰ ਕੀਰਤਨ 1984 ਤੋਂ ਪਹਿਲਾਂ 12 ਦਰਵਾਜ਼ੇ ਦਾ ਚੱਕਰ ਲਾ ਕੇ ਬਾਬਾ ਫੂਲਾ ਸਿੰਘ ਬੁਰਜ ਉਪਰੰਤ ਸੁਲਤਾਨ ਗੇਟ ਤੋਂ ਹੁੰਦਾ ਹੋਇਆ ਰਾਮਸਰ ਰੋਡ ਤੋਂ ਵਾਪਸ ਅਕਾਲ ਤਖ਼ਤ ਪਹੁੰਚਦਾ ਹੁੰਦਾ ਸੀ। ਹੁਣ ਇਹ ਨਗਰ ਕੀਰਤਨ ਮਨਮਹਿੰਦਰ ਸਿੰਘ ਦਰਬਾਰ ਸਾਹਿਬ ਦੇ ਸਹਿਯੋਗ ਦੇ ਨਾਲ ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਕੱਢਦੀ ਆ ਰਹੀ ਹੈ। ਇਹ ਨਗਰ ਕੀਰਤਨ ਦੇ ਵਿੱਚ ਪੰਜ ਪਿਆਰੇ ਪੰਜ ਨਿਸ਼ਾਨ ਦਾ ਅਤੇ ਇਤਿਹਾਸਕ ਸੁਰਮਈ ਨਿਸ਼ਾਨ ਦਾ ਹੀ ਅਗਵਾਈ ਕਰਦੇ ਹਨ। ਇਤਿਹਾਸਕ ਸੁਰਮਈ ਨਿਸ਼ਾਨ ਸਹਿਜ ਸ੍ਰੀ ਗੁਰੂ ਗੋਬਿੰਦ ਨੇ ਸਾਡੇ ਬਜ਼ੁਰਗਾਂ ਨੂੰ ਭਾਈ ਰਾਜ ਨੂੰ ਦਿੱਤਾ ਸੀ ਅਤੇ ਪੀੜ੍ਹੀ ਦਰ ਪੀੜ੍ਹੀ ਅਸੀਂ ਦੀ ਸੇਵਾ ਕਰਦੇ ਆ ਰਹੇ ਹਾਂ। ਇਹ ਨਗਰ ਕੀਰਤਨ ਸ੍ਰੀ ਅਕਾਲ ਤਖ਼ਤ ਤੋਂ ਸ਼ੁਰੂ ਹੋ ਗਏ ਚੌਂਕ ਪਰਾਦਾ ਚੌਂਕ ਬਾਬਾ ਸਾਹਿਬ ਰਾਮਸਾਹ ਰੋਡ ਬਾਬਾ ਦੀਪ ਸਿੰਘ ਕਲੋਨੀ ਚਾਟਵਿਨ ਗੇਟ ਸੁਲਤਾਨਵਿਨ ਗੇਟ ਬਾਬਾ ਫੂਲਾ ਸਿੰਘ ਬੁਰਜ ਉਪਰੰਤ ਇਹ ਘਿਓ ਮੰਡੀ ਤੋਂ ਹੁੰਦਾ ਹੋਇਆ ਵਾਪਸ ਸ੍ਰੀ ਦਰਬਾਰ ਸਾਹਿਬ ਅਕਾਲ ਤਖ਼ਤ ਦਾ ਸਮਾਪਤ ਹੋਏਗਾ। 1984 ਤੋਂ ਪਹਿਲਾਂ ਇਹ ਨਗਰ ਕੀਰਤਨ 12 ਦਰਜਾ ਚੱਕਰ ਕੱਢਦਾ ਸੀ। ਪੁਰਾਣੇ ਸਮੇਂ ਦੀ ਗੱਲ ਹੈ ਕਿ ਇਹ ਨਗਰ ਕੀਰਤਨ ਜਦੋਂ ਦੁਸਹਿਰੇ ਦਾ ਨਗਰ ਕੀਰਤਨ ਨਿਕਲਦਾ ਸੀ ਅਤੇ ਗੋਲਬਾਗ ਪਹੁੰਚਦਾ ਸੀ ਉੱਥੇ ਰਾਵਣ ਦੇ ਪੁੱਤ ਨੂੰ ਅੱਗ ਨਹੀਂ ਸੀ ਲਾਈ ਜਾਂਦੀ ਜਿੰਨਾ ਚਿਰ ਨਗਰ ਕੀਰਤਨ ਪਹੁੰਚਦਾ ਨਹੀਂ ਸੀ। ਨਗਰ ਕੀਰਤਨ ਪਹੁੰਚਦੇ ਨਗਰ ਕੀਰਤਨ ਵਾਲੇ ਅਰਦਾਸ ਕਰਦੇ ਸਨ, ਅਰਦਾਸ ਉਪਰੰਤ ਰਾਵਣ ਨੂੰ ਅੱਗ ਲਾਈ ਜਾਂਦੀ ਸੀ। ਇਹ ਹਿੰਦੂ ਸਿੱਖ ਏਕਤਾ ਦੀ ਨਿਸ਼ਾਨੀ ਸੀ। ਵਾਹਿਗੁਰੂ ਜੀ ਕਾ ਖਾਲਸਾ। ਸ੍ਰੀ ਸਨਾਤਨ ਧਰਮ ਰਾਮ ਮੰਦਿਰ ਜਲੰਧਰ ਕੈਂਟ ਮੇ ਹੋਲੀ ਮਹੋਤਸਵ ਬੜੀ ਹੀ ਧੂਮਧਾਮ ਸੇ ਮਨਾਇਆ ਗਿਆ। ਇਸ ਮੌਕੇ ਪਰ ਮੰਦਿਰ ਮੇ ਆਏ ਭਕਤੋਂ ਨੇ ਇੱਕ ਦੂਸਰੇ ਪਰ ਫੁੱਲੋਂ ਕੀ ਵਰਸ਼ਾ ਕਰ ਹੋਲੀ ਕਾ ਆਨੰਦ ਲਿਆ। ਇਸ ਦੌਰਾਨ ਭਜਨ ਮੰਡਲੀ ਨੇ ਸੁੰਦਰ ਭਜਨੋ ਕਾ ਗੁਣਗਾਨ ਕਰ ਭਕਤੋਂ ਕੋ ਝੂਮਨੇ ਪਰ ਵਿਵਸ਼ ਕਰ ਦਿਆ। ਇਸ ਮੌਕੇ ਪਰ ਅਧਿਅਕਸ਼ ਕਮਲ ਚੌਹਾਨ, ਚੇਅਰਮੈਨ ਹਰਵਿੰਦਰ ਸਿੰਘ ਪੱਪੂ, ਪ੍ਰਭਦਿਆਲ, ਆਸ਼ਾ ਰਾਣੀ, ਮੰਦਿਰ ਕੇ ਪੁਜਾਰੀ ਰਾਜਕੁਮਾਰ ਰਾਜੂ, ਲਕਸ਼ੇ ਐਨ ਕੇ ਸਹਿਤ ਬੜੀ ਸੰਖਿਆ ਮੇ ਲੋਕ ਮੌਜੂਦ ਰਹੇ। ਜਲੰਧਰ ਕੈਂਟ ਸੇ ਹਲਚਲ ਕੇ ਲਿਏ ਕੈਮਰਾਮੈਨ ਜਤਿਨ ਰਾਜਪੂਤ ਕੀ ਰਿਪੋਰਟ। ਬਲਵੰਤੀ ਬਿਹਾਰੀ ਲਾਲ ਕੀ ਜੈ। ਆਜ ਭਾਰਤ ਵਰਸ ਮੇ ਹੋਲੀ ਕਾ ਪਾਵਨ ਵਰਸ ਬੜੀ ਧੂਮ ਧਾਮ ਸੇ ਹਰਸੋਲਾਸ ਕੇ ਸਾਥ ਮੇ ਮਨਾਇਆ ਜਾ ਰਹਾ ਹੈ। ਹੋਲੀ ਪਰਵ ਕੀ ਆਪ ਸਭੀ ਕੋ ਬਹੁਤ ਬਹੁਤ ਵਧਾਈ। ਸ੍ਰੀ ਸਨਾਤਨ ਧਰਮ ਰਾਮ ਮੰਦਿਰ ਹੋਲੀ ਪਰਵ ਬਹੁਤ ਧੂਮ ਧਾਮ ਸੇ ਫੂਲੋਂ ਕੀ ਹੋਲੀ ਮਨਾ ਰਹਾ ਹੈ। ਇਸ ਪਰਵ ਕੀ ਆਪ ਕੋ ਬਹੁਤ ਬਹੁਤ ਵਧਾਈ। ਜੈ ਸ਼੍ਰੀ ਰਾਮ, ਜੈ ਸ਼੍ਰੀ ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਸਨਾਤਨ ਧਰਮ ਰਾਮ ਮੰਦਿਰ ਜਲੰਧਰ ਸ਼੍ਰੋਮਣੀ ਅਧਿਅਕਸ਼ ਕਮਲ ਚੌਹਾਨ, ਰਵਿੰਦਰ ਕਮੇਟੀ ਰਵਿੰਦਰ ਸਿੰਘ ਪੱਪੂ, ਪ੍ਰਭੂ ਦਿਆਲ ਮਧਵਾ, ਰਜਿੰਦਰ ਕੁਮਾਰ ਰਾਜੂ ਜੀ, ਪੁਜਾਰੀ ਜੀ ਸਾਡੇ ਹੈ, ਸ਼ਾਮ ਲਾਲ ਜੀ ਆਪਣੇ ਸਮਾਜ ਜੀ, ਮੋਹਨ ਜੀ, ਸਾਰੇ ਬੰਦੇ ਸਾਡੇ ਆਏ, ਉਸ਼ਾ ਭੈਣ ਜੀ ਲੇਡੀਜ਼ ਬਰਧਾਮ ਇਹ ਵੀ ਸਾਡੇ ਆਏ, ਐਨ ਕੇ ਸਾਹਿਬ ਵੀ ਆ ਗਏ, ਦੌੜੇ ਆ ਰਹੇ ਐਨ ਕੇ ਜੀ। ਹੋਲੀ ਕੇ ਪਰਵ ਉਤਸਵ ਹੈ ਜੋ ਕਿ ਪੂਰੇ ਹਿੰਦੁਸਤਾਨ ਮੇ ਹੋਲੀ ਕਾ ਤਿਉਹਾਰ ਮਨਾਇਆ ਜਾ ਰਹਾ ਹੈ। ਰੰਗੋ ਔਰ ਫੁੱਲੋ ਕੀ ਹੋਲੀ ਸੀ, ਫੁੱਲੋ ਸੇ ਖੇਲੀ ਜਾਏਗੀ ਹੋਲੀ। ਰਾਮਾ ਮੰਦਿਰ ਮੇ 12 ਵਜੇ ਆਰਤੀ ਹੋਗੀ, ਉਸਕੇ ਬਾਅਦ ਪ੍ਰਸ਼ਾਦ ਵਿਤਰਨ ਹੋਗਾ। ਹਮ ਧੰਨਵਾਦੀ ਹੈ ਸ੍ਰੀ ਸ਼ੀਤਲ ਬੇ ਜੀ, ਜੋ ਕਿ ਹਲਚਲ ਸ਼ਿਵਾਲੀ ਔਰ ਦੇਵੀ ਤਲਾਬ ਕੇ ਪ੍ਰਧਾਨ, ਉਨਕਾ ਬਹੁਤ ਬਹੁਤ ਧੰਨਵਾਦ ਕਰਦੇ ਹਨ, ਜੋ ਕਿ ਹਰ ਸੰਯੋਗ ਮੇ ਹਮੇ ਸਾਥ ਦੇਤੇ ਹੈ। ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। जिला बरनाला के शहर तपा मंडी में होली का त्योहार धूमधाम और श्रद्धा से मनाया गया। इस मौके पर श्री श्याम प्रचार मंडल द्वारा श्री गीता भवन में एक कार्यक्रम आयोजित किया गया, जिसमें सर्वप्रथम भगवान श्री कृष्ण और राधा जी का गुणगान किया गया और बाद में फूलों की होली खेली गई। इस मौके पर बड़ी संख्या में महिलाओं ने नाच गाकर होली का आनंद लिया। श्री श्याम प्रचार मंडल के सदस्यों द्वारा भक्तों पर पुष्प वर्षा की गई और गुलाल का तिलक लगाकर उन्हें होली की शुभकामनाएं दी गई। इस मौके पर श्री गीता भवन के मुख्य पुजारी पंडित कला राम वेदपाठी, मंडल के अध्यक्ष रिंकू मोड, दीपा भैनी, करमजीत सिंह, रमेश सिंगला, रमेश पखो, विपुल शर्मा, चुन्नीलाल ढींगरा, सुभाष कांसल के अलावा बड़ी संख्या में श्रद्धालु उपस्थित रहे। बरनाला से हलचल के लिए विनोद शर्मा की रिपोर्ट। ਸਿੱਧ
शक्तिपीठ श्री देवी तालाब मंदिर के पावन दरबार में साप्ताहिक भजन संध्या का आयोजन किया गया, जिसमें बाल व युवा गायकों ने मां भगवती की महिमा का गुणगान कर उपस्थित भक्तों को झूमने पर विवश कर दिया। इस मौके पर गायक विजय कौड़ा ने गणेश वंदना को गाकर इस भजन संध्या की शुरुआत की, जिसके बाद वीनू सहगल, गोपाल पांडे, बिनी सावरिया, चंद्र कन्हैया, डोली, राजेश शर्मा और मीनाक्षी ने मां भगवती की महिमा का गुणगान कर उपस्थित भक्तों को मंत्रमुग्ध किया। इस दौरान कोषाध्यक्ष पविंदर बहल, मंच संचालक बलदेव आनंद और रमन शर्मा, रीटा शर्मा ने आई हुई भजन मंडलियों को मां की चुनरी देकर सम्मानित किया। जालंधर से हलचल के लिए कैमरामैन सुदेश भगत की रिपोर्ट। दीवाने जो भी मंगदे ने मेरी सरकार दिंदे ने, करम कर देने जिस वेले, करम कर देने जिस वेले, सदाकार दिंदे ने। अने जो भी मंगदे ने मेरी सरकार दिंदे ने, दीवाने जो भी मंगदे ने कहर देते ने, करम कर देने जिस वेले, करम कर देने जिस वेले, उन सदाकार दिंदे ने। दीवाने जो भी मंगदे ने मेरी सरकार देते, दीवाने जो भी मंगदे ने। स्वामी नारायण जय जय नारायण, नारायण हरि हरि, श्रीमन नारायण, नारायण हरि हरि, श्रीमन नारायण, नारायण हरि हरि, भजमन नारायण, नारायण हरि हरि, जय जय नारायण, नारायण हरि हरि, श्रीमन नारायण, हरे हरे तेरी लीला प्रभु है नारी।
झूले वो हो जाए सो तुझे मोतिया दी बड़ी पहचाने तेरे कोल लगना री वड्डी खाने तुझे मोतिया दी बड़ी पहचाने मनांदे हीरे मोतिये जड़ी बोखे लुटा दे दादिए खजाने अजमेर लुटा दे दादिए खजाने अजमेर दे दे सानू जिथो सारे आनू मिलदा बंडे तेरा मान बंदा वीणा हिलदा सारे आनू मिलदा बंदा वीणा हिलदा लुटा दे दादिए खजाने अजमेर दे लुटा दे दादिए खजाने अजमेर दे। सिद्ध शक्तिपीठ श्री देवी तला मंदिर में स्त्री सत्संग सभा की ओर से होली पर्व के अवसर पर फूलों की होली भजन संध्या का आयोजन किया गया, जिसमें मंदिर की स्त्री सत्संग सभा की प्रधान सीमा ग्लोत्रा और लता ने मनमोहक भजनों का गुणगान कर भक्तों को मंत्रमुग्ध किया। इस दौरान भक्तों ने श्री कृष्ण स्वरूप के साथ फूलों की होली खेलकर और रास लीला कर खूब आनंद लिया। इस अवसर पर असंख्य भक्तजन शामिल हुए। जालंधर से हलचल के लिए कैमरामैन सुदेश भगत की रिपोर्ट। जालंधर सेंट्रल से विधायक रमन अरोड़ा के अशोक नगर स्थित निवास स्थान पर होली का पर्व हर्षोल्लास के साथ मनाया गया, जिसमें प्रसिद्ध भजन गायक अशोक शर्मा व आशु शर्मा ने प्रभु महिमा का गुणगान कर भक्तों को झूमने पर विवश कर दिया। इस अवसर पर विधायक रमन अरोड़ा ने कहा कि प्रेम और स्नेह के प्रतीक पर्व होली को आपसी भाईचारे के साथ मिलजुल कर मनाया गया है। उन्होंने कहा कि पर्यावरण की स्वच्छता को देखते हुए फूलों की होली खेली गई है। उन्होंने सभी देशवासियों को होली पर्व की शुभकामनाएं दी। इस मौके पर विधायक शीतल अंगुराल, राजू मदान, राजू मखीजा, महेश मखीजा, किशनलाल खंडवाले, एसीपी निर्मल सिंह, थानाध्यक्ष मुकेश कुमार, राकेश जसूजा,
विनीत धीर, अमित संधा समेत राजनीतिक, सामाजिक व धार्मिक संगठनों के नेता शामिल हुए। अंत में भक्तों के लिए लंगर की भी व्यवस्था की गई। जालंधर से हलचल के लिए कैमरामैन सुदेश भगत की रिपोर्ट। Yeah.
कोई हमको भी, कोई हमको भी बराती जो बना दे। हरे राम हरे राम 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 हरे हरे, हरे कृष्ण हरे कृष्ण कृष्ण संदिग्ध परिस्थितियों में हुई मौत, पारिवारिक सदस्यों ने हत्या का लगाया आरोप। नाभा सदर पुलिस ने गांव थूही में चल रहे अवैध माइनिंग का किया पर्दाफाश, चार लोगों के खिलाफ मामला किया दर्ज। धूरी पुलिस की ओर से चोरी और लूटपाट करने वाले चार आरोपियों को किया गया गिरफ्तार, पांच मोटरसाइकिल किए बरामद। इसके साथ ही अब तक की गतिविधियां समाप्त होती हैं और ताजा जानकारी के लिए देखते रहिए हलचल।